ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਸੋਸ਼ਲ ਮੀਡੀਆ ਤੇ ਦੇਖਿਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੋਂ ਵੀ ਇੱਕ ਦੋ ਖਬਰਾਂ ਮੇਨ ਚੱਲ ਰਹੀਆਂ ਨੇ ਇੱਕ ਤਾਂ ਮੇਨ ਮੁੱਦਾ ਜੋ ਚੱਲ ਰਿਹਾ ਉਹ ਜੋ ਸਾਡੇ ਦੂਜੇ ਸਟੇਟਾਂ ਤੋਂ ਲੋਕੀ ਕੰਮ ਕਰਨ ਆਏ ਹੋਏ ਨੇ ਜ਼ਿਆਦਾਤਰ ਉਹ ਫਾਰਮਿੰਗ ਦੇ ਨਾਲ ਬਿਲਡਿੰਗ ਇੰਡਸਟਰੀ ਤੇ ਆ ਫਿਰ ਲੁਧਿਆਣਾ ਜਿਵੇਂ ਫੈਕਟਰੀਆਂ ਵਗੈਰਾ ਹੈਗੀਆਂ ਨੇ ਉਥੇ ਉਹਨਾਂ ਦਾ ਕਾਫੀ ਬੋਲਬਾਲਾ ਹੈਗਾ ਉਹਨਾਂ ਦੇ ਖਿਲਾਫ ਇੱਕ ਪੰਜਾਬ ਦੇ ਵਿੱਚ ਮੁਹਿੰਮ ਚਲਾ ਦਿੱਤੀ ਹੈ ਵੀ ਉਹ ਬਾਹਰੋਂ ਬੰਦੇ ਆ ਗਏ ਨੇ ਇਹਨਾਂ ਨੇ ਸਾਡੇ ਕੰਮ ਲੈ ਲਏ ਨੇ ਤੇ ਇਹ ਸਾਡੇ ਇੱਥੇ ਬਰਾਬਰ ਬੰਦਿਆਂ ਦੇ ਬੋਲਣ ਵੀ ਲੱਗੇ ਨੇ ਝਗੜਾ ਵੀ ਕਰਨ ਲੱਗੇ ਜੇ ਕਿਤੇ ਮਾਰਕਟਾਈ ਕਰਨੀ ਪੈ ਜੇ ਉਹ ਵੀ ਕਰਨ ਲੱਗੇ ਤੇ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਨਾਮ ਯੂਜ਼ ਕਰਦੇ ਆਂ ਭਈਆ ਤੇ ਵੈਸੇ ਤਾਂ ਉਹ ਜਿਵੇਂ ਐਨਾ ਕੰਟਰੀਆਂ ਦੇ ਵਿੱਚ ਜੇ ਅਸੀਂ ਏਸ਼ੀਅਨ ਹੈਗੇ ਸਾਨੂੰ ਕੋਈ ਪਾਕੀ ਕਹ ਦਿੰਦਾ ਹੈ ਤਾਂ ਸਾਡੇ ਵਾਸਤੇ ਇੱਕ ਤਰ੍ਹਾਂ ਦਾ ਉਹ ਗਾਲ ਹੋ ਜਾਂਦੀ ਹੈ ਤੇ ਇੱਥੇ ਕਾਨੂੰਨੀ ਤੌਰ ਤੇ ਇਹਨਾਂ ਨੇ ਬੰਦ ਕੀਤੀ ਹੋਈ ਹੈ ਵੀ ਤੁਸੀਂ ਕਹਿ ਨਹੀਂ ਸਕਦੇ ਇਹ ਕਲਚਰ ਦੇ ਟਾਈਮ ਇਹ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਸੀਗਾ ਵੀ ਇਹ ਕੋਈ ਵੀ ਕਿਸੇ ਨੂੰ ਦੂਜੇ ਨੂੰ ਬੋਲੇਗਾ ਤਾਂ ਇਹ ਅਫੈਂਸਿਵ ਵਰਡ ਹੋਏਗਾ ਇਦਾਂ ਸਾਡੇ ਉੱਥੇ ਹੁਣ ਤੱਕ ਤਾਂ ਚੱਲੀ ਗਿਆ ਕੰਮ ਕਿਉਂਕਿ ਉੱਥੇ ਕਿਹੜੇ ਕੋਈ ਇਦਾਂ ਦੀ ਛੋਟੀਆਂ-ਮੋਟੀਆਂ ਚੀਜ਼ਾਂ ਨੂੰ ਤੇ ਆਂ ਦਿੰਦਾ ਪਰ ਹੁਣ ਆਹ ਹੋਰ ਕੋਈ ਮੁੱਦਾ ਰਿਹਾ ਨਹੀਂ ਤੇ ਜਿਹੜਾ ਸ਼ਰਾਰਤੀ ਅਨਸਰ ਹੈਗਾ ਇਹ ਆ ਜਿਨ੍ਹਾਂ ਦਾ ਤੋਰੀ ਫੁਲਕਾ ਹੀ ਐਸੇ ਕੰਮ ਤੇ ਚੱਲਦਾ ਹੈ ਵੀ ਇਕੱਤੀ ਮੇ ਮਛੇੜੀ ਰੱਖੋ ਵੀ ਆ ਪੰਜਾਬ ਨੂੰ ਆ ਹੋ ਰਿਹਾ ਜੀ ਪੰਜਾਬ ਨੂੰ ਆ ਖੋ ਰਿਹਾ ਤੇ ਉਹ ਪਾਸਾ 7-10-20 ਬੰਦੇ ਹੈਗੇ ਨੇ ਜਿਹੜੇ ਅੱਗੇ ਆ ਕੇ ਪੰਜਾਬ ਦਾ ਕਾਫੀ ਬਹੁਤ ਸਿਰਤੇ ਚੁੱਕੀ ਫਿਰਦੇ ਨੇ ਤੇ ਉਹ ਸਿਰਫ ਮੁੱਦਾ ਤਾਂ ਉਹਨਾਂ ਦਾ ਆਪਣਾ ਹੀ ਹੈਗਾ ਰੋਟੀ ਪਾਣੀ ਚਲਾਉਣ ਦਾ ਜਿਵੇਂ ਤੁਸੀਂ ਇੱਥੇ ਸਵੇਰ ਉੱਠ ਕੇ ਕੋਈ ਟਰੱਕ ਚਲਾਉਣ ਨੂੰ ਨਿਕਲਦਾ ਹੈ ਕੋਈ ਬਿਲਡਿੰਗ ਸਾਈਟ ਨੂੰ ਨਿਕਲਦਾ ਹੈ ਕੋਈ ਹੋਰ ਕਿਤੇ ਕੰਮ ਕਰਨ ਜਾਂਦਾ ਕੋਈ ਸਟੋਰਾਂ ਦੇ ਕੰਮ ਕਰਨ ਜਾਂਦਾ ਉਹਨਾਂ ਦੀ ਵੀ ਜਿਹੜੇ ਇਹ ਰੋਲਾ ਪਾਉਣ ਵਾਲੇ ਨੇ ਉੱਥੇ ਮੁੱਦੇ ਠਾ ਠਾ ਕੇ ਉਹਨਾਂ ਦੀ ਵੀ ਇੱਕ ਤਰ੍ਹਾਂ ਦੀ ਜੌਬ ਹੈ ਉਹਨਾਂ ਦਾ ਵੀ ਇਹ ਤੋਰੀ ਫੁਲਕਾ ਚਲਾਉਣ ਦਾ ਆਪਣਾ ਇੱਕ ਬਿਜ਼ਨਸ ਸਮਝ ਲਓ ਤੇ ਉੱਥੇ ਹੁਣ ਉਹ ਬਈਆਂ ਦੀ ਕਹਿਰੋ ਵੀ ਸ਼ਾਮਤ ਆਈ ਹੋਈ ਆ ਕਿਉਂਕਿ ਸੋਸ਼ਲ ਮੀਡੀਆ ਬੜੀ ਗੰਦੀ ਚੀਜ਼ ਆ ਜੇ ਇਹਨੂੰ ਤੁਸੀਂ ਨੈਗੇਟਿਵ ਤਰੀਕੇ ਨਾਲ ਯੂਜ਼ ਕਰਦੇ ਆ ਜਦੋਂ ਅਸੀਂ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਉਨੇ ਆ ਉੱਥੇ ਪੰਜਾਬ ਸਟੇਟ 'ਚ ਤਾਂ ਇਹ ਨਹੀਂ ਸੋਚਦੇ ਵੀ ਪੰਜਾਬ ਦੇ ਬਾਹਰ ਪੰਜਾਬੀ ਬੰਦੇ ਜਾਂ ਸਰਦਾਰ ਬੰਦੇ ਕਿੰਨੇ ਇਕ ਬੈਠੇ ਨੇ ਬਹੁਤ ਜ਼ਿਆਦਾ ਗਿਣਤੀ 'ਚ ਲੋਕ ਬੈਠੇ ਨੇ ਤੇ ਉਹ ਮਤਲਬ ਤਾਂ ਇਹਨਾਂ ਦਾ ਜਿਹੜੇ ਆ ਇਦਾਂ ਦੇ ਮੁੱਦੇ ਠਾਰ ਰਹੇ ਨੇ ਇਨਾਦਰ ਇਹੀ ਹੈ ਵੀ ਇੱਥੇ ਅਸੀਂ ਗੜਬੜ ਕਰੀਏ ਤੇ ਦੂਜੇ ਸਟੇਟਾਂ ਚ ਉਹ ਸਾਡੇ ਲੋਕਾਂ ਨਾਲ ਗੜਬੜ ਕਰਨ ਤੇ ਜਿਹੜਾ ਅੱਗੇ ਸਟੇਟ ਦੀ ਹਾਲਤ ਖਰਾਬ ਕਰਨ ਦਾ ਮੁੱਦਾ ਹੈਗਾ ਤੇ ਉਹਨੂੰ ਉਹ ਬਣਦੀ ਤੇ ਤੇਲੇ ਪਾ ਰਹੇ ਨੇ ਕੁਝ ਸਟੇਟ ਦਾ ਫਾਇਦਾ ਨਹੀਂ ਕਰ ਰਹੇ ਤੇ ਉਹ ਤਾਂ ਚੱਲ ਛੱਡੋ ਉਹ ਤਾਂ ਉੱਥੇ ਦਾ ਉੱਥੇ ਵਾਲਿਆਂ ਨੇ ਆਪੇ ਨਿਝਠ ਲੈਣੀ ਹੈ ਉਹਦੇ ਨਾਲ ਕਿਉਂਕਿ ਜਿਹਨਾਂ ਲੋਕਾਂ ਨੂੰ ਲੋੜ ਹੈਗੀ ਉਹਨਾਂ ਬੰਦਿਆਂ ਦੀ ਬਾਹਰਲੀ ਲੇਬਰ ਦੀ ਉਹਨਾਂ ਨੇ ਤਾਂ ਉਹ ਰੱਖਣੀ ਹੈ ਔਰ ਖਾਸ ਕਰਕੇ ਜਿਹੜੇ ਇਹ ਮੁੱਦੇ ਚੱਕੂ ਹੀ ਰਹੇ ਨੇ ਉੱਥੇ ਉਹਨਾਂ ਦੇ ਖਿਲਾਫ ਇਹ ਖੇਤੀਆਂ ਵੀ ਕਰਦੇ ਨੇ ਕਈ ਨਾ ਸੱਚੋ ਮੇਰਾ ਖਿਆਲ ਆ ਵੀ ਇਹਨਾਂ ਨੂੰ ਆਪਣੇ ਖੇਤਾਂ 'ਚੋ ਵੀਡੀਓ ਪਾਉਣੀ ਚਾਹੀਦੀ ਆ ਵੀ ਦੇਖੋ ਸਾਡੇ ਕੋਲ ਅਸੀਂ 20 ਕਿੱਲੇ ਦੀ 30 ਕਿੱਲੇ ਦੀ ਖੇਤੀ ਕਰਦੇ ਆ ਆ ਸਾਡੇ ਕੋਲ ਇੱਕ ਵੀ ਕੋਈ ਬਾਹਰਲੇ ਸਟੇਟ ਦਾ ਬੰਦਾ ਕੰਮ ਨਹੀਂ ਕਰਦਾ ਇਹਨਾਂ ਦੀਆਂ ਕੋਠੀਆਂ ਬਣਦੀਆਂ ਇਹਨਾਂ ਦੀਆਂ ਫੈਕਟਰੀਆਂ ਲੱਗੀਆਂ ਐ ਪੱਠੇ ਲੱਗੇ ਨੇ ਕਿਸੇ ਤਰ੍ਹਾਂ ਦਾ ਵੀ ਜਿੱਥੇ ਕੋਈ ਤੰਦਾ ਹੈਗਾ ਉੱਥੇ ਜ਼ਰੂਰ ਕੋਈ ਨਾ ਕੋਈ ਬਾਹਰਲਾ ਬੰਦਾ ਇੱਕ ਦੋ ਹਰ ਇੱਕ ਬੰਦੇ ਦੇ ਕੋਲ ਰੱਖੇ ਹੋਏ ਨੇ ਉਹ ਆਪਣਾ ਨਹੀਂ ਦੱਸਦੇ ਦੂਜੇ ਲੋਕਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਕੱਢੋ ਤੇ ਉੱਥੇ ਵਾਲੀ ਤਾਂ ਮੈਂ ਜਿਵੇਂ ਦੱਸਿਆ ਵੀ ਉਹ ਆਪ ਖੁਦ ਨਜੇਠਣ ਗਈ ਪਰ ਇੱਥੇ ਇੰਗਲੈਂਡ ਦੇ ਵਿੱਚ ਜਿਹੜੇ ਲੋਕੀ ਇੱਥੇ ਅਸਾਈਲਮ ਸਵੀਕਾਰਨੇ ਜਾਂ ਇਲੀਗਲ ਨੇ ਚਾਹੇ ਉਹ ਇੰਡੀਆ ਤੋਂ ਆਏ ਚਾਹੇ ਪਾਕਿਸਤਾਨ ਤੋਂ ਆਏ ਚਾਹੇ ਹੋਰ ਦੁਨੀਆ ਦੇ ਕਿਸੇ ਵੀ ਮੁਲਕ ਤੋਂ ਆਏ ਉਹਨਾਂ ਵਾਸਤੇ ਵੀ ਬੜੀ ਇੱਕ ਬੈਡ ਨਿਊਜ਼ ਹੈਗੀ ਐ ਕਿਉਂਕਿ ਇੱਥੋਂ ਇੱਕ ਇਹਨਾਂ ਦਾ ਪੋਲੀਟੀਸ਼ਨ ਹੈਗਾ ਜਿਸ ਦੀ ਇੱਕ ਪਾਰਟੀ ਸੀਗੀ ਜਿਹੜੀ ਕਿ ਨੈਸ਼ਨਲਿਸਟ ਪਾਰਟੀ ਹੈਗੀ ਇੱਥੋਂ ਦੀ ਉਹ ਪਿਓਰਲੀ ਯੂਕੇ ਪਪਾਰਟੀ ਆ ਉਹਦਾ ਉਹ ਲੀਡਰ ਸੀਗਾ ਯੂਰਪ ਦੇ ਵਿੱਚ ਬਾਹਰ ਕੱਢਣ ਵਾਸਤੇ ਵੀ ਉਸ ਦਾ ਬੜਾ ਰੋਲ ਸੀ ਇਹਨਾਂ ਨੂੰ ਤੇ ਹੁਣ ਉਹ ਇਲੈਕਸ਼ਨ ਤਾਂ ਨਹੀਂ ਉਹਨੇ ਅੱਗੇ ਵਾਸਤੇ ਲੜੀ ਪਰ ਉਹ ਇੱਕ ਬ੍ਰਾਡਕਾਸਟਿੰਗ ਕਰਦਾ ਹੈ ਉਹ ਰੇਡੀਓ ਸਟੇਸ਼ਨ ਚ ਚਲਾਉਂਦਾ ਹੈ ਟੀਵੀ ਤੇ ਜਾਂਦਾ ਹੈ ਹੋਰ ਉਹਦੀ ਫੁੱਲ ਟਾਈਮ ਇੱਕ ਜੌਬ ਹੈਗੀ ਉਸ ਨੇ ਇੱਕ ਨਿਊਜ਼ ਆਪਣੇ ਮਤਲਬ ਬ੍ਰਾਡਕਾਸਟ ਕੀਤਾ ਜਿਹਦੇ ਵਿੱਚ ਇਹਨਾਂ ਨੇ ਕੁਝ ਬੰਦੇ ਸੀਗੇ ਜਿਹੜੇ ਅਸਾਲਮ ਸੀ ਕਰਨੇ ਜਿਹਨਾਂ ਨੂੰ ਅਲਾਉਂਸ ਮਿਲਦਾ ਹੈ 40-45 ਕੋਟ ਹਫਤੇ ਦਾ ਰੋਟੀ ਪਾਣੀ ਖਾਣ ਨੂੰ ਤੇ ਉਹਨਾਂ ਨੂੰ ਹੋਟਲਾਂ ਦੇ ਵਿੱਚ ਠਹਿਰਾਇਆ ਹੋਇਆ ਪਰ ਉਹ ਆਪਣਾ ਦਿਨੇ ਕੰਮ ਕੰਮ ਕਰਨ ਜਾਂਦੇ ਨੇ ਉਧਰ ਉਧਰ ਉਹ ਕੁਝ ਸ਼ਹਿਰਾਂ ਦੇ ਵਿੱਚ ਉਹ ਲੋਕਾਂ ਨੇ ਲੋਕਲ ਲੋਕਾਂ ਨੇ ਉਹਦੀ ਅਪੀਲ ਸੁਣ ਕੇ ਉਹਨਾਂ ਦੀਆਂ ਵੀਡੀਓਗ੍ਰਾਫ ਕਰਕੇ ਭੇਜਤੀਆਂ ਨੇ ਨਿਊਜ਼ ਚੈਨਲ ਵਾਲਿਆਂ ਨੂੰ ਤੇ ਨਿਊਜ਼ ਚੈਨਲਾਂ ਨੇ ਜਾ ਕੇ ਵੀ ਉਹਨਾਂ ਨੂੰ ਕਿਸੇ ਨੂੰ ਕਾਰਵਾਚ ਤੇ ਕਿਸੇ ਨੂੰ ਕਿਸੇ ਹੋਰ ਕਈ ਪਾਸੇ ਜਾ ਕੇ ਉਹਨਾਂ ਦੀ ਫਿਲਮੀ ਕਰ ਲਈ ਹੈ ਤੇ ਉਹਦੇ ਬਾਰੇ ਇਹਨਾਂ ਨੇ ਕਿਹਾ ਵੀ ਇਹ ਬੰਦੇ ਦੇਖੋ ਇਹ ਬੈਨੇਫਿਟ ਵੀ ਲੈ ਰਹੇ ਨੇ ਜੋ ਸਾਲ ਨੂੰ ਸਿੱਕਰ ਨੂੰ ਮਿਲਦਾ ਹੈ ਇਹਨਾਂ ਨੂੰ ਰਹਿਣ ਨੂੰ ਵੀ ਜਗ੍ਹਾ ਦਿੱਤੀ ਹੋਈ ਹੈ ਕੰਮ ਕਰਨ ਦੀ ਇਹਨਾਂ ਨੂੰ ਪਰਮਿਸ਼ਨ ਕੋਈ ਨਹੀਂ ਇਹ ਕੰਮ ਵੀ ਕਰ ਰਹੇ ਨੇ ਬਲੈਕ ਮਾਰਕੀਟ ਦੇ ਵਿੱਚ ਕੈਸ਼ ਇਨ ਹੈਂਡ ਸੋ ਇਹ ਜਿਹੜਾ ਉਹਨੇ ਇੱਕ ਦੋ ਦਿਨ ਤੋਂ ਮੁੱਦਾ ਰੇਜ਼ ਕੀਤਾ ਹੋਇਆ ਹੈ ਤੇ ਈਵਨ ਆਹ ਟਿਕਟੌਕ ਦੇ ਉੱਤੇ ਹੀ ਉਸ ਨੂੰ 2.5 ਲੱਖ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਨੇ ਉਹਦੇ ਫਾਲੋਅਰ ਹੈਗੇ ਨੇ ਇਹਨੇ ਸੋ ਇਹਨੇ ਲੋਕਾਂ ਨੂੰ ਉਸ ਦਾ ਮੈਸੇਜ ਟਿਕਟੌਕ ਤੋਂ ਜਾ ਰਿਹਾ ਹੈ ਬਾਕੀ ਉਹ ਨੈਸ਼ਨਲ ਟੀਵੀ ਸਟੇ ਉਹਨਾਂ ਦੇ ਚੈਨਲ ਤੇ ਬੋਲਦਾ ਹੈ ਫਿਰ ਉਹ ਕੁਝ ਰੇਡੀਓ ਸਟੇਸ਼ਨ ਹੈਗੇ ਨੇ ਜਿੱਥੇ ਉਹ ਪ੍ਰੋਗਰਾਮ ਦਿੰਦਾ ਹੈ ਤੇ ਜ਼ਰੂਰ ਇਸ ਜਿਹੜੀ ਇਹ ਉੱਠੀ ਆ ਹੁਣ ਧੂੜ ਇੱਥੇ ਇਹ ਧੂਆ ਜਿਹੜਾ ਨਿਕਲਣਾ ਸ਼ੁਰੂ ਹੋਇਆ ਹੈ ਇਹਦਾ ਹੌਲੀ-ਹੌਲੀ ਅਸਰ ਪਏਗਾ ਸਾਰੇ ਕੰਟਰੀਆਂ ਦੇ ਲੋਕਾਂ ਤੇ ਪਵੇਗਾ ਚਾਹੇ ਉਹ ਸਾਇਲੈਂਸ ਸਿਕਰ ਨੇ ਚਾਹੇ ਉਹ ਇਲੀਗਲ ਨੇ ਤੇ ਕੋਈ ਵੀ ਜਿਹੜੇ ਬੰਦੇ ਦਾ ਸਟੇਟਸ ਠੀਕ ਨਹੀਂ ਹੈਗਾ ਹਰ ਜਿਹੜਾ ਕੰਮ ਕਰਨ ਦੀ ਪਰਮਿਸ਼ਨ ਕਿਸੇ ਕੋਲ ਨਹੀਂ ਹੈਗੀ ਉਹਨਾਂ ਸਾਰਿਆਂ ਤੇ ਇਹ ਚੀਜ਼ ਇਫੈਕਟ ਕਰੇਗੀ ਬਾਕੀ ਬਹੁਤ ਲੋਕਾਂ ਦੀ ਕੰਪਲੇਂਟ ਹੈਗੀ ਜਿਹੜੇ ਆਪਣੇ ਲੋਕੀ ਵੀ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਆਪਣੇ ਲੋਕੀ ਬਹੁਤ ਬਿਲਡਿੰਗ ਇੰਡਸਟਰੀ ਚ ਨੇ। ਜਾਂ ਫਿਰ ਆ ਜਿਹੜੀ ਅੱਜ ਕੱਲ ਡਿਲੀਵਰੀ ਸਰਵਿਸਸ ਵਗੈਰਾ ਲਾਇਸੈਂਸ ਵਗੈਰਾ ਇਧਰ ਉਧਰ ਬਣਾ ਕੇ ਕਈ ਲੋਕੀ ਜਿਹੜਿਆ ਸਟੋਅ ਹੋਏ ਵੀ ਨਹੀਂ। ਤੇ ਖਾਸ ਕਰਕੇ ਬਿਲਡਿੰਗ ਇੰਡਸਟਰੀ ਵਾਲਿਆਂ ਦੀ ਵੀ ਕੰਪਲੇਂਟ ਬਹੁਤ ਜਾ ਰਹੀ ਹੈ। ਵੀਕ ਤਾਂ ਇਹਨਾਂ ਦਾ ਕੋਈ ਰੇਟ ਨਹੀਂ ਇਹ ਖਲ ਲਾ ਰਹੇ ਨੇ। ਕਈ ਬੰਦੇ ਜਿਹੜਾ ਮਤਲਬ ਉਹਨਾਂ ਦਾ ਕੋਈ ਇੱਥੇ ਦੇ ਹਿਸਾਬ ਕਿਤਾਬ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਹਰ ਇੱਕ ਚੀਜ਼ ਦਾ ਰੇਟ ਸੈੱਟ ਹੈਗਾ। ਵੀ ਤੁਸੀਂ ਇੰਨੇ ਕਿਤੇ ਹਾੜੀ ਦੇ ਪੈਸੇ ਲੈ ਸਕਦੇ ਤੇ ਪਰ ਕਿਉਂਕਿ ਉਹ ਵੀ ਇਹਨਾਂ ਨੇ ਬਿਲਡਿੰਗ ਇੰਡਸਟਰੀ ਤੇ ਵੀ ਸਖਤਾਈ ਹੋ ਜਾਣੀ ਹੈ ਕਿਉਂਕਿ ਹਰ ਇੱਕ ਨਕਸ਼ਾ ਜਿਹੜਾ ਹੈਗਾ ਉਹ پاس ਹੋ ਕੇ ਆਉਂਦਾ ਕਾਉਂਸਲ ਤੋਂ ਉਹਦੀ ਸਕੁਅਰ ਫੁੱਟੇਜ ਸਾਰੀ ਵਰਕਆਊਟ ਹੋ ਕੇ ਆਉਂਦੀ ਹੈ ਪਲੈਨਿੰਗ ਪਰਮਿਸ਼ਨ ਦੇ ਉੱਤੇ ਤੇ ਉਹਦਾ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇੱਕ ਸਕੁਅਰ ਮੀਟਰ ਹੈਗਾ ਜਾਂ ਫੁੱਟ ਹੈਗਾ ਉਹ ਵੀ ਉਹ 1500 ਪਾਉਂਡ ਦੇ ਵਿੱਚ ਬਣਦਾ ਹੈ ਤੇ ਉਹ ਜਿਹੜਾ ਬੰਦਾ ਬਣਵਾਏਗਾ ਉਹਨੂੰ ਵੀ ਪੁੱਛਣਗੇ ਵੀ ਦੱਸ ਤੂੰ ਪੇਮੈਂਟ ਕਿੱਦਾਂ ਕੀਤੀ ਹੈ ਜੇ ਕੈਸ਼ ਕੀਤੀ ਹੋਊਗੀ ਤਾਂ ਉਹਨੂੰ ਦੱਸਣਾ ਪਊਗਾ ਮੈਂ ਕੈਸ਼ ਕਿੱਥੋਂ ਲਿਆਂਦਾ ਤੇ ਜਿਹੜਾ ਲੈ ਰਿਆ ਅੱਗੇ ਉਹਨੂੰ ਵੀ ਸਾਰਾ ਹਿਸਾਬ-ਕਿਤਾਬ ਉਹ ਦੇਣਾ ਪਊਗਾ ਇਹਨਾਂ ਨੂੰ ਤੇ ਤੀਜਾ ਜਿਹੜਾ ਇੱਥੇ ਤੁਸੀਂ ਕੋਈ ਵੀ ਪ੍ਰਾਪਰਟੀ ਹੈਗੀ ਆਪਣੀ ਉਹ ਤੁਸੀਂ ਇਲੀਗਲ ਬੰਦੇ ਨੂੰ ਕਿਰਾਏ ਤੇ ਨਹੀਂ ਦੇ ਸਕਦੇ ਹੁਣ ਤੁਹਾਨੂੰ ਪਤਾ ਹੀ ਆ ਵੀ ਆਹ ਲੰਡਨ ਦੇ ਆਲੇ-ਦੋਲੇ 15-15 ਬੰਦੇ ਇੱਕ-ਇੱਕ ਘਰ ਦੇ ਵਿੱਚ ਵੜੇ ਹੋਏ ਨੇ ਜਿਹੜਾ ਘਰ 5 ਬੰਦੇ ਵਾਸਤੇ ਬਣਿਆ 6 ਵਾਸਤੇ ਬਣਿਆ ਉੱਥੇ ਵੀ 15-15 ਬੰਦੇ ਨੇ ਤੇ ਉਹਨਾਂ ਤੋਂ ਵੀ ਕਿਰਾਇਆ ਇਹਨਾਂ ਲਿਆ ਜਾਂਦਾ ਉਹਦੇ ਮਤਲਬ ਲਹੂ ਪੀਤਾ ਜਾਂਦਾ ਸੋ ਇਹ ਸਾਰੀਆਂ ਗੱਲਾਂ ਹੌਲੀ 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 ਜਦੋਂ ਵੀ ਇੱਕ ਵਾਰ ਮੀਡੀਆ 'ਚ ਆਉਣੀਆਂ ਸ਼ੁਰੂ ਹੋ ਗਈਆਂ ਇਹ ਤੁਖਦੀ ਤੁਖਦੀ ਹੌਲੀ ਹੌਲੀ ਇਹਦਾ ਭੰਪੜ ਵੱਜ ਜਾਣਾ ਸੋ ਭਰਾਵੋ ਦੂਜੇ ਕੰਟਰੀ ਵਾਲਿਆਂ ਨੂੰ ਤਾਂ ਆਪਣੀ ਕੋਈ ਜ਼ੁਬਾਨ ਸਮਝ ਨਹੀਂ ਪੈਣੀ ਮੈਂ ਕੀ ਕਹ ਰਿਹਾ ਤੁਸੀਂ ਜਿਹੜੀ ਸਮਝ ਸਕਦੇ ਹੋ ਆਪਣਾ ਯਾਰ ਖਿਆਲ ਰੱਖੋ ਤੇ ਹਰ ਇੱਕ ਚੀਜ਼ ਪ੍ਰਕੌਸ਼ਨ ਦੇ ਨਾਲ ਚੱਲੋ ਤੇ ਨਹੀਂ ਸਾਨੂੰ ਪਤਾ ਹੈ ਵੀ ਜਿਹੜੀ ਜਿਵੇਂ ਉੱਥੇ ਪੰਜਾਬ ਦੇ ਵਿੱਚ ਕਹਿੰਦੇ ਹਨ ਵੀ ਮਾਰੋ ਛੱਤਰ ਭਈਆਂ ਦੇ ਭਜਾਓ ਇਹਨਾਂ ਨੂੰ ਉਹ ਹਾਲਤ ਇੱਥੇ ਵੀ ਹੋ ਜੂਗੀ ਅਰ ਦੂਜੀ ਹੈ ਜਿਸ ਬੰਦੇ ਦੀ ਮੈਂ ਗੱਲ ਕਰ ਰਿਹਾ ਜਿਹੜਾ ਇਹਨਾਂ ਦਾ ਐਮਪੀ ਸੀਗਾ ਗੋਰਾ ਇਹਨਾਂ ਦੀ ਪਾਰਟੀ ਕੱਲੀ ਇਸ ਕੰਟਰੀ ਦੇ ਵਿੱਚ ਨਹੀਂ ਹੈਗੀ ਇਹਨਾਂ ਦੀ ਯੂਰਪ ਦੇ ਵਿੱਚ ਸਾਰੇ ਮੈਂਬਰ ਨੇ ਇਹਨਾਂ ਦੇ ਇਹਨਾਂ ਦੇ ਅਮਰੀਕਾ ਦੇ ਵਿੱਚ ਨੇ ਇਹੇ ਉੱਥੇ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀਗਾ 트੍ਰੰਪ ਇਹ ਉਹਨੂੰ ਸਪੋਰਟ ਕਰਦਾ ਸੀ ਕੈਨੇਡਾ ਦੇ ਵਿੱਚ ਵੀ ਹੋਰ ਜਿੰਨੇ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਸਾਰੇ ਇਹਨਾਂ ਦੇ ਸੈੱਲ ਹੈਗੇ ਨੇ ਪੂਰੇ ਇਹ ਇਸ ਗੱਲ ਨੂੰ ਜਿੱਥੇ ਢੜਕਾਉਣ ਤੇ ਆ ਗਏ ਇਹ ਹਰ ਇੱਕ ਜਗ੍ਹਾ ਇਹ ਮੁੱਦਾ ਚੁੱਕ ਦੇਣਗੇ ਸੋ ਆਪਣਾ ਖਿਆਲ ਰੱਖਿਓ ਤੇ ਬਾਕੀ ਤੁਹਾਨੂੰ ਅਪਡੇਟ ਕਰਦੇ ਰਵਾਂਗੇ Thank you.